ਨਮਸਕਾਰ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਪੱਛਮ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ 6ਵੇਂ ਗੇੜ ਤਹਿਤ ਭਲਕੇ મતદાન ਹੋਵੇਗਾ મતદાન ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਵੋਟਾਂ ਪਵਾਉਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6:30 ਵਜੇ ਤੱਕ ਚੱਲੇਗਾ 6ਵੇਂ ਗੇੜ ਤਹਿਤ 4 ਜ਼ਿਲ੍ਹਿਆਂ ਵਿੱਚ ਪੈਂਦੇ 43 ਵਿਧਾਨ ਸਭਾ ਹਲਕਿਆਂ ਵਿੱਚ મતદાન ਕਰਵਾਇਆ ਜਾਵੇਗਾ ਜਿੱਥੇ 27 ਮਹਿਲਾਵਾਂ ਸਮੇਤ ਕੁੱਲ 306 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਭਾਰਤੀ ਜਨਤਾ ਪਾਰਟੀ ਸਾਰੀਆਂ 43 ਸੀਟਾਂ ਤੇ ਚੋਣ ਲੜ ਰਹੀ ਹੈ ਕਾਂਗਰਸ ਖੱਬੇ ਪੱਖੀ ਪਾਰਟੀਆਂ ਤੇ ਉਹਨਾਂ ਦੀਆਂ ਗੱਠਜੋੜ ਸਹਿਯੋਗੀ ਪਾਰਟੀਆਂ ਇੰਡੀਅਨ ਸਰਕੂਲਰ ਫਰੰਟ ਸੰਯੁਕਤ ਮੋਰਚਾ ਦੇ ਝੰਡੇ ਹੇਠ ਚੋਣਾਂ ਲੜ ਰਹੀਆਂ ਨੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਨੇ ਸਾਰੇ ਮਤਦਾਤਾ ਕੇਂਦਰਾਂ ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਨਾਲ ਮਤਦਾਤਾ ਪੁਸ਼ਟੀ ਪਰਚੀ ਯਾਨੀ ਵੀ ਵੀ ਪੈਟ ਮਸ਼ੀਨਾਂ ਇਸਤੇਮਾਲ ਕਰਨ ਦਾ ਫੈਸਲਾ ਲਿਆ ਹੈ ਕੋਵਿਡ ਸਥਿਤੀ ਨੂੰ ਵੇਖਦਿਆਂ ਚੋਣ ਕਮਿਸ਼ਨ ਨੇ ਹਰ ਮਤਦਾਨ ਕੇਂਦਰ ਤੇ ਵੋਟਰਾਂ ਦੀ ਸੰਖਿਆ 1000 ਤੱਕ ਸੀਮਤ ਕੀਤੀ ਹੈ। ਘਰਾਂ ਜਾਂ ਹਸਪਤਾਲਾਂ ਵਿੱਚ ਇਕਾਂਤਵਾਸ ਕਰ ਰਹੇ ਕੋਵਿਡ ਦੀ ਪੁਸ਼ਟੀ ਵਾਲੇ ਦਸ਼ਕੀ ਮਰੀਜ਼ਾਂ ਨੂੰ ਡਾਕ ਰਾਹੀਂ ਵੋਟ ਦੀ ਸਹੂਲਤ ਦਿੱਤੀ ਗਈ ਹੈ। ਦਿਵਿਆਂਗਾ ਅਤੇ 80 ਸਾਲ ਤੋਂ ਬਾਅਦ ਉਮਰ ਵਰਗ ਦੇ ਲੋਕ ਵੀ ਡਾਕ ਰਾਹੀਂ ਵੋਟ ਦੇ ਸਕਣਗੇ। ਸਾਰੇ ਹੀ ਮਤਤਾਂ ਕੇਂਦਰਾਂ ਤੇ ਪੀਣ ਵਾਲੇ ਪਾਣੀ, ਵੇਟਿੰਗ ਰੂਮ, ਸ਼ੌਚਾਲਾ, ਰੋਸ਼ਨੀ ਦਾ ਉਚਿਤ ਪ੍ਰਬੰਧ, ਦਿਵਿਆਂਗਾਂ ਲਈ ਉਚਿਤ ਰੈਂਪ ਵਰਗੀਆਂ ਸਹੂਲਤਾਂ ਯਕੀਨੀ ਬਣਾਈਆਂ ਜਾ ਰਹੀਆਂ ਨੇ। ਮਤਦਾਨ ਕੇਂਦਰਾਂ ਤੇ ਸੈਨੀਟਾਈਜੇਸ਼ਨ ਇੱਕ ਦਾਖਲਾ ਦੁਆਰਾ ਅਤੇ ਵੋਟਰਾਂ ਦਾ ਤਾਪਮਾਨ ਜਾਂਚ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜੇ ਕਿਸੇ ਵਿਅਕਤੀ ਦਾ ਤਾਪਮਾਨ ਨਿਰਧਾਰ ਤਾਪਮਾਨ ਤੋਂ ਵੱਧ ਹੁੰਦਾ ਹੈ ਤਾਂ ਉਸ ਨੂੰ ਟੋਕਨ ਦਿੱਤਾ ਜਾਵੇਗਾ ਤੇ ਉਸ ਨੂੰ ਮਤਦਾਨ ਦੇ ਅੰਤਿਮ ਘੰਟੇ ਵਿੱਚ ਵੋਟ ਕਰਨ ਲਈ ਕਿਹਾ ਜਾਵੇਗਾ ਭਾਰਤ ਵਿੱਚ ਕਰੋਨਾ ਮਰੀਜ਼ਾਂ ਦੀ ਸੰਖਿਆ ਵਿੱਚ ਵਾਧਾ ਲਗਾਤਾਰ جاری ਹੈ ਬੀਤੇ ਦਿਨ ਦੇਸ਼ ਵਿੱਚ ਰਿਕਾਰਡ 295000 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਇਸ ਨਾਲ ਹੁਣ ਤੱਕ ਕਰੋਨਾ ਦੇ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੀ ਸੰਖਿਆ 1 ਕਰੋੜ 56 ਲੱਖ ਤੋਂ ਪਾਰ ਹੋ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਸਮੇਂ ਭਾਰਤ ਵਿੱਚ 2157000 ਐਕਟਿਵ ਕੇਸ ਮੌਜੂਦ ਨੇ ਜੋ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦਾ 13.8% ਬਣਦਾ ਹੈ ਬੀਤੇ ਦਿਨ ਭਾਰਤ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਰਿਕਾਰਡ 2023 ਦਰਜ ਹੋਈ ਹੁਣ ਤੱਕ ਇਸ ਮਹਾਮਾਰੀ ਨੇ 1.8 ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਲਈਆਂ ਨੇ ਕਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਦੇ ਦਰਮਿਆਨ ਦੇਸ਼ ਵਿੱਚ ਕਰੋਨਾ ਤੋਂ ਠੀਕ ਹੋਣ ਦੀ ਦਰ ਘਟ ਕੇ 85% ਤੇ ਆ ਗਈ ਹੈ ਮੰਤਰਾਲਾ ਅਨੁਸਾਰ 1.67 ਲੱਖ ਤੋਂ ਵੱਧ ਕਰੋਨਾ ਮਰੀਜ਼ ਬੀਤੇ 24 ਘੰਟਿਆਂ ਵਿੱਚ ਸਿਹਤਯਾਬ ਹੋਏ ਦੇਸ਼ ਵਿੱਚ ਹੁਣ ਤੱਕ 1.32 ਕਰੋੜ ਕਰੋਨਾ ਮਰੀਜ਼ ਸਿਹਤਯਾਬ ਹੋ ਚੁੱਕੇ ਨੇ ਇਸ ਦੌਰਾਨ ਭਾਰਤ ਵਿੱਚ 13 ਕਰੋੜ ਤੋਂ ਵੱਧ ਕਰੋਨਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਬੀਤੇ 24 ਚੰਦੁਰਨ ਦੇਸ਼ ਪਾਰਵੇਚ ਲਾਭਪਾਤਰੀਆਂ ਨੂੰ ਕਰੋਨਾ ਟੀਕਿਆਂ ਦੀਆਂ ਕੋਈ 30 ਲੱਖ ਖੁਰਾਕਾਂ ਦਿੱਤੀਆਂ ਗਈਆਂ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਸੂਬਾ ਸਰਕਾਰਾਂ ਤੇ ਦੇਸ਼ ਦੇ ਨਿੱਜੀ ਹਸਪਤਾਲਾਂ ਲਈ ਆਪਣੀ ਕੋਵੀ ਸ਼ੀਲਡ ਵੈਕਸੀਨ ਦੀ ਕੀਮਤ ਦਾ ਐਲਾਨ ਕਰ ਦਿੱਤਾ ਹੈ ਸੂਬਾ ਸਰਕਾਰਾਂ ਨੂੰ ਵੈਕਸੀਨ ਦੀ ਪ੍ਰਤੀ ਖੁਰਾਕ ਲਈ 400 ਰੁਪਏ ਅਤੇ ਨਿੱਜੀ ਹਸਪਤਾਲਾਂ ਨੂੰ 600 ਰੁਪਏ ਅਦਾ ਕਰਨੇ ਹੋਣਗੇ ਭਾਰਤ ਵਿੱਚ ਕੋਵੀ ਸ਼ੀਲਡ ਵੈਕਸੀਨ ਦੀ ਨਿਰਮਾਤਾ ਕੰਪਨੀ ਨੇ ਦੇਸ਼ ਵਿੱਚ ਟੀਕਾਕਰਨ અભિયાન ਨੂੰ ਤੇਜ਼ ਕਰਨ ਲਈ ਕੇਂਦਰ ਵੱਲੋਂ ਹਾਲ ਹੀ ਵਿੱਚ ਦਿੱਤੀ ਗਈ ਛੋਟ ਦੇ ਮੱਦੇਨਜ਼ਰ ਕੀਮਤਾਂ ਬਾਰੇ ਇਹ ਐਲਾਨ ਕੀਤਾ ਹੈ ਨਵੇਂ ਪ੍ਰਬੰਧਾਂ ਤਹਿਤ ਵੈਕਸੀਨ ਨਿਰਮਾਤਾ ਤੇ ਸਪਲਾਈ ਕਰਤਾ ਆਪਣੇ ਕੋਵਿਡ ਵੈਕਸੀਨ ਦਾ 50% ਕੇਂਦਰ ਨੂੰ ਅਤੇ 50% ਸੂਬਾ ਸਰਕਾਰਾਂ ਅਤੇ ਖੁੱਲੇ ਬਾਜ਼ਾਰ ਵਿੱਚ ਨਿੱਜੀ ਹਸਪਤਾਲਾਂ ਨੂੰ ਵੇਚਣਗੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਹੈ ਕਿ ਨਵੇਂ ਨਿਰਦੇਸ਼ ਨਾਲ ਵੈਕਸੀਨ ਦਾ ਉਤਪਾਦਨ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਸੂਬਿਆਂ, ਨਿੱਜੀ ਹਸਪਤਾਲਾਂ ਤੇ ਟੀਕਾਕਰਨ ਕੇਂਦਰਾਂ ਨੂੰ ਇਹ ਆਸਾਨੀ ਨਾਲ ਉਪਲਬਧ ਹੋ ਸਕੇਗਾ। ਭਾਰਤੀ ਡਾਕਟਰੀ ਖੋਜ ਪਰਿਸ਼ਦ ICMR ਨੇ ਇੱਕ ਅਧਿਐਨ ਤੋਂ ਪਤਾ ਲਗਾਇਆ ਹੈ ਕਿ ਦੇਸ਼ ਵਿੱਚ ਪੈਦਾ ਕੀਤੀ ਗਈ ਕੋਵੈਕਸਿਨ ਕਰੋਨਾ ਵਾਇਰਸ ਦੇ ਡਬਲ ਮਿਊਟੈਂਟ ਸਟ੍ਰੇਨ ਖਿਲਾਫ ਵੀ ਪ੍ਰਭਾਵਸ਼ਾਲੀ ਹੈ ਭਾਰਤ ਦੇ ਕੁਝ ਖੇਤਰਾਂ ਅਤੇ ਕਈ ਹੋਰ ਦੇਸ਼ਾਂ ਵਿੱਚ ਪਾਏ ਗਏ ਡਬਲ ਮਿਊਟੈਂਟ ਸਟ੍ਰੇਨ SARS-CoV-2 ਵਿਰੁੱਧ ਪ੍ਰਭਾਵਸ਼ਾਲੀ ਪਾਇਆ ਗਿਆ ਹੈ ਰਾਸ਼ਟਰੀ ਵਾਇਰੋਲੋਜੀ ਸੰਸਥਾਨ ਨੇ ਦੱਸਿਆ ਹੈ ਕਿ ਕੋਵੈਕਸਿਨ ਵਿੱਚ ਬਰਤਾਨੀਆ ਤੇ ਬ੍ਰਾਜ਼ੀਲ ਦੇ ਵਾਇਰਸ ਨੂੰ ਬੇਅਸਰ ਕਰਨ ਦੀ ਸਮਰੱਥਾ ਹੈ ਮਹਾਰਾਸ਼ਟਰ ਦੇ ਨਾਸਿਕ ਮਿਊਂਸਿਪਲ ਕਾਰਪੋਰੇਸ਼ਨ ਵੱਲੋਂ ਚਲਾਏ ਜਾਂਦੇ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ ਦੇ ਲੀਕ ਹੋਣ ਕਾਰਨ 22 ਮਰੀਜ਼ਾਂ ਦੀ ਮੌਤ ਹੋ ਗਈ। ਇਹ ਘਟਨਾ ਅੱਜ ਦੁਪਹਿਰ ਸਮੇਂ ਵਾਪਰੀ ਅਤੇ ਆਕਸੀਜਨ ਤੇ ਚੱਲ ਰਹੇ ਮਰੀਜ਼ਾਂ ਨੂੰ ਆਪਣੀਆਂ ਜ਼ਿੰਦਗੀਆਂ ਤੋਂ ਹੱਥ ਧੋਣਾ ਪਿਆ। ਘਟਨਾ ਸਮੇਂ ਇਸ ਹਸਪਤਾਲ ਵਿੱਚ 150 ਮਰੀਜ਼ ਦਾਖਲ ਸਨ। ਘਟਨਾ ਮਗਰੋਂ ਅਫਰਾ ਤਫਰੀ ਮਚ ਗਈ ਅਤੇ ਹਸਪਤਾਲ ਪ੍ਰਸ਼ਾਸਨ ਨੇ ਤੇਜ਼ੀ ਨਾਲ ਲੀਕੇਜ ਨੂੰ ਰੋਕਣ ਦੇ ਯਤਨ ਆਰੰਭੇ। ਇਸ ਦੌਰਾਨ ਨਾਸਿਕ ਕਾਰਪੋਰੇਸ਼ਨ ਦੇ ਮੁਖੀ ਕਲਾਸ਼ ਯਾਦਵ ਮੌਕੇ ਤੇ ਪਹੁੰਚੇ ਅਤੇ ਇਸ ਘਟਨਾ ਦੀ ਜਾਂਚ ਦੇ ਹੁਕਮ ਤੇ ਕਟਨਾੰਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਆਪਣੇ ਜੀਆਂ ਦੀ ਖਬਰ ਲੈਣ ਲਈ ਹਸਪਤਾਲ ਤੋਂ ਬਾਹਰ ਲਾਈਨਾਂ ਵਿੱਚ ਖੜੇ ਦੇਖੇ ਗਏ ਇਸ ਦੇ ਨਾਲ ਹੀ ਖਬਰਾਂ ਦਾ ਭੂਟਨ ਖਤਮ ਹੁੰਦਾ ਹੈ ਆਗਿਆ ਦਿਓ ਤਨਫਾਦ